प्यारे बच्चों ਤੁਸੀਂ ਦੇਖ ਰਹੇ ਹੋ ਟੋਕਰੀ ਦੇ ਵਿੱਚ ਗੇਂਦਾ ਹਨ ਇਹ ਕਿੰਨੀਆਂ ਗੇਂਦਾ ਹਨ ਆਓ ਗਿਣੀਏ 1 2 3 4 ਇਹ ਚਾਰ ਗੇਂਦਾ ਹਨ ਬੱਚਿਓ ਜੇਕਰ ਮੈਂ ਟੋਕਰੀ ਦੇ ਵਿੱਚ ਦੋ ਗੇਂਦਾ ਹੋਰ ਰੱਖ ਦਿੰਦੀ ਹਾਂ ਤਾਂ ਕਿੰਨੀਆਂ ਗੇਂਦਾ ਹੋ ਜਾਣਗੀਆਂ ਪਿਆਲਾ ਟੋਕਰੀ ਦੇ ਵਿੱਚ 4 ਗਿੰਦਾ ਹਨ ਮੈਂ 2 ਗਿੰਦਾ ਹੋਰ ਰੱਖ ਦਿੰਦੀ ਹਾਂ 5 6 ਟੋਕਰੀ ਦੇ ਵਿੱਚ 6 ਗਿੰਦਾ ਹਨ ਬੱਚਿਓ ਪਹਿਲਾਂ ਟੋਕਰੀ ਦੇ ਵਿੱਚ 4 ਗਿੰਦਾ ਸਨ 2 ਗਿੰਦਾ ਹੋਰ ਰੱਖ ਦਿੱਤੀਆਂ ਤੇ ਟੋਕਰੀ ਦੇ ਵਿੱਚ 6 ਗਿੰਦਾ ਹੋ ਗਈਆਂ ਜੇਕਰ ਮੈਂ ਦੋ ਗੇਂਦਾਂ ਨੂੰ ਬਾਹਰ ਕੱਢ ਦਿੰਦੀ ਹਾਂ ਤਾਂ ਦੇਖੀਏ ਕਿ ਕਿੰਨੀਆਂ ਗੇਂਦਾਂ ਰਹਿ ਜਾਂਦੀਆਂ ਹਨ 1 2 3 4 ਹੁਣ ਟੋਕਰੀ ਦੇ ਵਿੱਚ ਚਾਰ ਗੇਂਦਾਂ ਹਨ ਪਹਿਲਾਂ ਟੋਕਰੀ ਵਿੱਚ ਚਾਰ ਗੇਂਦਾਂ ਸਨ ਫਿਰ ਟੋਕਰੀ ਵਿੱਚ ਦੋ ਗੇਂਦਾਂ ਹੋਰ ਰੱਖ ਦਿੱਤੀਆਂ ਤਾਂ ਹੁਣ ਗੇਂਦਾਂ 6 ਹਨ ਏ ਬੱਚਿਓ ਜਦੋਂ 2 ਗੇਂਦਾਂ ਨੂੰ ਬਾਹਰ ਕਰ ਦਿੱਤਾ ਤਾਂ ਫਿਰ ਟੋਕਰੀ ਵਿੱਚ 4 ਗੇਂਦਾਂ ਰਹਿ ਗਈਆਂ ਦੇਖਿਆ ਬੱਚਿਓ ਤੁਸੀਂ ਗੇਂਦਾਂ ਕਦੀ ਵੱਧਦੀਆਂ ਹਨ ਤੇ ਕਦੀ ਘਟਦੀਆਂ ਹਨ ਜਦੋਂ ਟੋਕਰੀ ਵਿੱਚ ਗੇਂਦਾਂ ਨੂੰ ਪਾ ਦਿੰਦੀ ਹਾਂ ਤਾਂ ਗੇਂਦਾਂ ਵੱਧ ਜਾਂਦੀਆਂ ਹਨ ਤੇ ਜਦੋਂ ਗੇਂਦਾਂ ਨੂੰ ਬਾਹਰ ਕਰ ਦਿੰਦੀ ਹਾਂ ਤਾਂ ਗੇਂਦਾਂ ਘਟ ਜਾਂਦੀਆਂ ਹਨ ਬੱਚਿਓ ਇਹ ਵਿਰੋਧੀ ਕਿਰਿਆਵਾਂ ਹਨ ਐ ਦੇਖੋ ਟੋਕਰੀ ਦੇ ਵਿੱਚ ਚਾਰ ਗਿੰਦਾ ਹਨ ਜੇ ਮੈਂ ਦੋ ਗਿੰਦਾ ਹੋਰ ਰੱਖ ਦਿੰਦੀ ਹਾਂ ਤਾਂ ਦੇਖੀਏ ਟੋਕਰੀ ਵਿੱਚ ਕਿੰਨੀਆਂ ਗਿੰਦਾ ਹੋ ਜਾਣਗੀਆਂ ਹਾਂਜੀ 6 ਗਿੰਦਾ ਟੋਕਰੀ ਦੇ ਵਿੱਚ 6 ਗਿੰਦਾ ਹਨ ਪਹਿਲਾਂ ਚਾਰ ਗਿੰਦਾ ਸਨ ਫਿਰ ਦੋ ਗਿੰਦਾ ਹੋਰ ਰੱਖ ਦਿੱਤੀਆਂ ਤੇ ਹੁਣ 6 ਗਿੰਦਾ ਹਨ ਬੱਚਿਓ ਇੱਥੇ ਗਿੰਦਾ ਵਧੀਆਂ ਹਨ ਤਾਂ ਇੱਥੇ ਜੋੜ ਹੋਇਆ ਹੈ ਇੱਥੇ 6 ਗਿੰਦਾ ਹਨ ਜੇ ਦੋ ਗਿੰਦਾ ਨੂੰ ਬਾਹਰ ਕੱਢ ਦਈਏ ਤਾਂ ਦੇਖੀਏ ਟੋਕਰੀ ਦੇ ਵਿੱਚ ਕਿੰਨੀਆਂ ਗਿੰਦਾ ਰਹਿ ਜਾਣਗੀਆਂ ਹਾਂਜੀ 4 ਗਿੰਦਾ ਬੱਚਿਓ ਇੱਥੇ ਗਿੰਦਾ ਕਟੀਆਂ ਹਨ ਇੱਥੇ ਕਟਾਓ ਹੋਈ ਹੈ ਤੁਸੀਂ ਦੇਖ ਰਹੇ ਹੋ ਇੱਥੇ 6 ਗਿੰਦਾ ਹਨ ਜੇ ਇੰਨਾ ਛੇ ਗਿੰਦਾ ਵਿੱਚੋਂ 4 ਗਿੰਦਾ ਬਾਹਰ ਕੱਢ ਦਈਏ ਤਾਂ ਕਿੰਨੀਆਂ ਗਿੰਦਾ ਰਹਿ ਜਾਣਗੀਆਂ ਹਾਂਜੀ 2 ਗਿੰਦਾ ਰਹਿ ਜਾਣਗੀਆਂ ਪਿਆਰੇ ਬੱਚਿਓ ਧਿਆਨ ਨਾਲ ਦੇਖੋ 4 ਵਿੱਚ 2 ਜੋੜਨ ਤੇ ਕੀ ਉੱਤਰ ਪ੍ਰਾਪਤ ਹੁੰਦਾ ਹੈ 6 ਹਾਂਜੀ ਤੇ ਜੇਕਰ 6 ਦੇ ਵਿੱਚੋਂ ਅਸੀਂ 2 ਘਟਾਉਂਦੇ ਹਾਂ ਤਾਂ 4 ਪ੍ਰਾਪਤ ਹੁੰਦਾ ਹੈ ਤੇ ਜੇਕਰ 6 ਵਿੱਚੋਂ 4 ਨੂੰ ਘਟਾਉਂਦੇ ਹਾਂ ਤਾਂ ਸਾਨੂੰ 2 ਪ੍ਰਾਪਤ ਹੁੰਦਾ ਹੈ ਬੱਚਿਓ ਦੇਖਿਆ ਇਹ ਕਿਰਿਆਵਾਂ ਇੱਕ ਦੂਜੇ ਦੇ ਉਲਟ ਹਨ ਜੋੜ ਅਤੇ ਘਟਾਓ ਇੱਕ ਦੂਜੇ ਦੇ ਉਲਟ ਹਨ ਇਹ ਵਿਰੋਧੀ ਕਿਰਿਆਵਾਂ ਹਨ ਬੱਚਿਓ ਅਸੀਂ ਜੋੜ ਦੇ ਤੱਥਾਂ ਤੋਂ ਕਟਾਓ ਦੇ ਤੱਤ ਲਿਖ ਸਕਦੇ ਹਾਂ ਇਹ ਦੇਖੋ 4 ਵਿੱਚ 2 ਜੋੜਨ ਤੇ 6 ਪ੍ਰਾਪਤ ਹੁੰਦਾ ਹੈ 6 ਵਿੱਚੋਂ 2 ਨੂੰ ਕਟਾਉਣ ਤੇ 4 ਪ੍ਰਾਪਤ ਹੁੰਦਾ ਹੈ ਜੋੜ ਅਤੇ ਕਟਾਓ ਇੱਕ ਦੂਜੇ ਦੇ ਉਲਟ ਹਨ ਇਹ ਵਿਰੋਧੀ ਕਿਰਿਆਵਾਂ ਹਨ प्यारे बच्चों ਹੁਣ ਤੁਸੀਂ ਆਪਣੇ ਘਰ ਆਪਣੀ ਕਿਤਾਬ ਦੇ ਪੰਨਾ ਨੰਬਰ 51 ਤੋਂ ਇੰਨਾ ਸਵਾਲਾਂ ਨੂੰ ਹੱਲ ਕਰਨਾ ਹੈ ਧੰਨਵਾਦ